ਹੈਲੋ, ਮੇਰਾ ਨਾਮ ਚੌਧਰੀ ਰਜਿੰਦਰ ਨਿੱਜਰ ਹੈਗਾ ਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ। ਜਿੰਨਾ ਚਿਰ ਤੁਹਾਨੂੰ ਕੱਚੇ ਪਿਓ ਦੀ ਸੁਰਤ ਨਹੀਂ ਹੈਗੀ, ਉਹਨਾਂ ਚਿਰ ਤੁਸੀਂ ਪੱਕੇ ਪਿਓ ਦੀ ਸੁਰਤ ਨਹੀਂ ਕਮਾ ਸਕਦੇ। ਇਹਨੂੰ ਕਹਿੰਦੇ ਸੁਰਤੀ ਵਿੱਚ ਸੁਰਤ ਕਮਾਈ। ਜੇ ਤੁਹਾਡੇ ਸੁਰਤੀ ਨਹੀਂ ਹੈਗੀ ਤਾਂ ਤੁਸੀਂ ਕੁਛ ਨਹੀਂ ਕਮਾ ਸਕਦੇ। ਇਹ ਜਿਹੜੀ ਬਾਣੀ ਹੈਗੀ ਜਾਂ ਹੋਰ ਕਿਤਾਬਾਂ ਹੈਗੀਆਂ ਨੇ, ਕੁਰਾਨ ਹੋਇਆ, ਵੇਦ ਹੋਇਆ, ਇਹ ਤੁਹਾਡੇ ਸਮਝ ਵਿੱਚ ਬਿਲਕੁਲ ਨਹੀਂ ਪੈਣਾ। ਤੁਸੀਂ ਇਕੱਲੇ ਉਹਦੇ ਅੱਖਰ ਪੜ੍ਹ ਕੇ ਨਾ ਅਤੇ ਡਿਗਰੀਆਂ ਲੈ ਕੇ, PhD ਅਤੇ ਡਾਕਟਰੇਟ ਅਤੇ ਸਾਰਾ ਕੁਛ, ਅਤੇ ਇੱਕ ਦੂਜੇ ਨੂੰ ਉਹੀ ਪਟਾਕ ਜੀ ਜਿਹੜਾ ਲਿਖਿਆ ਹੋਇਆ ਉੱਥੇ। ਪਰ ਤੁਰਕੀ ਬਾਣੀ ਜਿਹੜੀ ਧੁਰੋਂ ਮਿਲਦੀ ਹੈਗੀ, ਉਹ ਲਿਖੀ ਨਹੀਂ ਜਾ ਸਕਦੀ। ਇਹ ਕਰਕੇ ਜਿਹੜੇ ਕਿਤਾਬੀ ਹੈਗੇ ਨਾ, ਆਦਮੀ ਪ੍ਰੋਫੈਸਰ ਵਗੈਰਾ, ਇਹਨਾਂ ਨੂੰ ਨਾਨਕ ਨੇ ਕਿਹਾ ਨਾ, ਇੱਕ ਆ ਜਾਂਦੇ ਗੱਡੇ ਲੱਦ ਲੱਦ ਕੇ ਕਿਤਾਬਾਂ ਦੇ ਮੁਕਾਬਲਾ ਕਰਨ ਲਈ। ਇਹਨਾਂ ਕਿਹਾ ਗਧੇ ਹੈਗੇ ਹੋਰ, ਨਾਨਕ ਤੇ ਨਾਲ ਅਸਰ ਕਰ ਜੇ ਬਿਨ ਗੁਣ ਗ੍ਰਭ ਕਰੰਤ, ਆਉਂਦਾ ਜਾਂਦਾ ਕੱਖ ਨਹੀਂ ਹੈਗਾ, ਅਤੇ ਉਦਾਂ ਹੀ ਬੋਲੀ ਜਾਣਗੇ ਜੋ ਕਿਤਾਬਾਂ 'ਚ ਲਿਖਿਆ। ਗਿਆਨੀ ਉਹ ਜੋ ਆਪ ਵਿਚਾਰੇ, ਜਿਹੜਾ ਆਪ ਵਿਚਾਰਦਾ ਉਹ ਗਿਆਨੀ ਹੁੰਦਾ। ਉਹ ਗਿਆਨੀ ਜਿਹੜੇ ਨੇ ਉਹ ਪਿੰਡਾਂ 'ਚ ਮਿਲਦੇ ਨੇ, ਜਿਨ੍ਹਾਂ ਨੇ ਕਿਤਾਬਾਂ ਨਹੀਂ ਪੜ੍ਹੀਆਂ ਹੋਈਆਂ, ਅਤੇ ਉਹ ਆਪ ਵਿਚਾਰਦੇ ਨੇ। ਅਤੇ ਜਿੱਦਾਂ ਮੈਂ ਦੱਸਿਆ ਕਿ 1947 'ਚ ਜਦੋਂ ਇਹ ਪਾਰਟੀਸ਼ਨ ਹੋਈ ਸੀ ਇੰਡੀਆ ਦੀ ਨਾ, ਉਦੋਂ ਇਹ ਮਿਡਗੁਬਰੀ ਸੀਗੇ, ਅਤੇ ਫਾਦਰ ਉੱਥੇ ਉਹਨਾਂ ਨੂੰ ਦੱਸਦੇ ਸੀਗੇ ਵੀ ਸਿੱਖ ਪੰਥ ਹੈਗਾ ਕੌਮ ਨਹੀਂ ਹੈਗੀ, ਸਾਡੀ ਕੌਮ ਜੱਟ ਹੈਗੀ। ਅਤੇ ਉਹਨਾਂ ਨੇ ਮੁੰਡੇ ਇਕੱਠੇ ਕੀਤੇ ਹੋਏ ਸੀ ਰਾਵਲਪਿੰਡੀ ਘੱਲਣ ਲਈ ਜੱਟਾਂ ਦੇ, ਵੀ ਉੱਥੇ ਜਾ ਕੇ ਤੁਸੀਂ ਮੁਕਾਬਲਾ ਕਰੋ ਉਹਨਾਂ ਦੇ ਨਾਲ। ਅਤੇ ਫਾਦਰ ਨੇ ਕਿਹਾ ਤੁਸੀਂ ਨਾ ਜਾਓ, ਅਤੇ ਖੱਤਰੀਆਂ ਨੇ ਉੱਥੇ ਗੰਦ ਪਾਇਆ ਹੋਇਆ ਹੈਗਾ, ਘਰ ਘਰ ਪੋਥੀਆਂ ਰੱਖ ਕੇ ਤਾਂ ਗੁਰਦੁਆਰੇ ਬਣਾਏ ਹੋਏ ਸੀ ਅਤੇ ਲੁੱਟਦੇ ਸੀ। ਕਹਿੰਦੇ ਜੀ ਕਿਸੇ ਨੇ ਪੋਥੀ ਵਾਲੀ ਅਤੇ ਕਿਸੇ ਨੇ ਖੋਤੀ ਵਾਲੀ, ਯਾਨੀ ਕਿ ਇਹ ਜਿਹੜਾ ਸੀ ਪੂਜਾ ਧਾਨ ਖਾਂਦੇ ਸੀਗੇ। ਪੂਜਾ ਧਾਨ ਦੇ ਬਾਰੇ ਹੈਗਾ ਭਾਗ ਮਹਾਂਛਲ, ਬੇਈਮਾਨੀ ਨਾਲ, ਰਿਸ਼ਵਤਖੋਰੀ ਨਾਲ ਪੈਸਾ ਕਮਾਉਣਾ, ਜਿਹਨੂੰ ਕਹਿੰਦੇ ਹਰਾਮ। ਭਾਗ ਮਹਾਂਛਲ ਪੂਜਾ ਦਾਨ, ਪੂਜਾ ਦਾਨ ਜਿੱਦਾਂ ਇਹ ਖਾਂਦੇ ਸੀ, ਖੱਤਰੀ ਖਾਂਦੇ ਸੀ ਉੱਥੇ ਰਾਵਲ ਪਿੰਡੀ 'ਚ ਨਾ, ਘਰ ਘਰ ਗੁਰਦੁਆਰੇ ਬਣਾ ਕੇ ਤਾਂ ਜੋ ਚੜ੍ਹਨਾ ਉਹ ਖਾਣਾ, ਅਤੇ ਖੋਤੀ ਵਾਲੀ ਅਤੇ ਪੋਥੀ ਵਾਲੀ, ਪੋਥੀ ਵਾਹੁੰਦੇ ਸੀਗੇ। ਭਾਗ ਮਾਸ਼ਲ ਪੂਜਾ ਦਾਨ, ਜੋ ਜੋ ਪ੍ਰਾਣੀ ਖਾਏ ਤੀਰਥ ਆਸ ਰਸਾਤਲ ਜਾਏ। ਇਸੇ ਕਰਕੇ ਜਿਹੜੇ ਸੀਗੇ ਉਹ ਸਤਿਗੁਰੂਆਂ ਦੇ ਲੜਕੇ ਸੀ ਨਾ, ਜਿਹੜੇ ਲਾਲਾ ਲਾਲੀਆਂ ਦੇ, ਇਹ ਲਾਲਚੀ ਸੀਗੇ। ਅਤੇ ਇਹਨਾਂ ਨੂੰ ਹੁੰਦਾ ਸੀ ਵੀ ਸਾਨੂੰ ਪੂਜਾ ਦਾ ਧਾਨ ਆਏਗਾ। ਅਤੇ ਤਦੇ ਸਤਿਗੁਰੂ ਅਮਰਦੇਵ ਜੀ ਨੇ ਉਹਨਾਂ ਦੇ ਘਰ ਗੱਡੇ ਘੱਲੇ ਸੀਗੇ ਅਨਾਜ ਦੇ, ਪੂਜਾ ਦੇ, ਵੀ ਆਹ ਲਓ ਖਾ ਲਓ ਤੁਸੀਂ। ਅਤੇ 1947 'ਚ ਸ਼ਹਿਰ 'ਚ ਸੀਗੇ, ਅਤੇ ਫਾਦਰ ਨੂੰ ਕਹਿੰਦੇ ਸੀ ਇਹਦਾ ਜਿਹੜਾ ਸਿਰ ਘੁੰਮਿਆ ਹੋਇਆ ਹੈਗਾ, ਦਿਮਾਗ ਨਹੀਂ ਇਹਦਾ ਠੀਕ ਹੈਗਾ, ਉਲਟਾ ਕਰੀ ਜਾਂਦਾ ਹੈਗਾ। ਅਤੇ ਜਦੋਂ ਉਹ ਫਿਰ ਨਹੀਂ ਗਏ, ਅਤੇ ਸਿੱਖ ਕੌਮ ਦਾ ਉੱਥੇ ਪ੍ਰਚਾਰ ਹੁੰਦਾ ਸੀ ਗੁਰਦੁਆਰੇ 'ਚ, ਅਤੇ ਫਾਦਰ ਕਹਿੰਦੇ ਸਿੱਖ ਪੰਥ ਹੈਗਾ, ਉਹ ਸਾਰੇ ਜਿਹੜੇ ਸੀ ਨਾ ਬੜੇ ਉਹਨਾਂ ਦੇ ਬਰਖਲਾਫ ਸੀਗੇ। ਉੱਥੇ ਆ ਜਿਹੜਾ ਹੁਕਮ ਸਿੰਘ ਮੁਕੀਮ ਸੀਗਾ ਨਾ ਉੱਥੇ, ਅਤੇ ਇਹ ਜਿਹੜਾ ਬਣਿਆ ਸੀ ਸਪੀਕਰ ਬਣਿਆ ਸੀ ਲੋਕ ਸਭਾ ਦਾ, ਅਤੇ ਇਹ ਵੀ ਉੱਥੇ ਹੁੰਦਾ ਸੀ, ਇਹ ਵੀ ਉਹਨਾਂ ਦੇ ਬੜਾ ਬਰਖਲਾਫ ਹੁੰਦਾ ਸੀਗਾ। ਅਤੇ ਸਾਨੂੰ ਇੱਕ ਰੋੜੇ ਨੇ ਉਹਦਾ ਘਰ ਸਾਨੂੰ ਕਿਰਾਏ 'ਤੇ ਮਿਲ ਗਿਆ, ਅਤੇ ਉਹਨੂੰ ਜਦੋਂ ਪਤਾ ਲੱਗਾ ਹੁਕਮ ਸਿੰਘ ਨੂੰ ਤਾਂ ਉਹਨੇ ਦਿੱਤਾ ਹੈਗਾ ਜਵਾਲਾ, ਉਹਦਾ ਹੁੰਦਾ ਸੀ ਜਵਾਲਾ ਸਿੰਘ। ਅਤੇ ਫਾਦਰ ਨੇ ਉਹਨੂੰ ਗੁਰਦੁਆਰੇ 'ਚ ਬੈਠਾ ਸੀ ਤਾਂ ਉੱਥੇ ਪੁੱਛ ਲਿਆ ਵੀ ਤੁਹਾਡਾ ਘਰ ਖਾਲੀ ਹੋਣਾ ਹੈਗਾ ਅਤੇ ਮੈਂ ਲੈ ਲਵਾਂ, ਉੱਥੇ ਵਾਅਦਾ ਕਰ ਦਿੱਤਾ ਉਹਨੇ ਵੀ ਲੈ ਲਿਆ ਜੀ। ਅਤੇ ਫਿਰ ਉਹ ਸੀਗਾ, ਉਹਦੇ ਔਲਾਦ ਨਹੀਂ ਸੀ ਕੋਈ ਵੀ, ਉਹਨੂੰ ਬੁਲਾ ਕੇ ਉਹਨੇ ਝਿੜਕਿਆ ਵੀ ਤੂੰ ਖਬਰਦਾਰ, ਉਹਨੂੰ ਚਾਬੀ ਦਿੱਤੀ, ਚਾਬੀ ਇੱਥੇ ਲਿਆ ਮੇਰੇ ਕੋਲ। ਅਤੇ ਉਹਨੇ ਇਨਕਾਰ ਕਰ ਦਿੱਤਾ, ਕਹਿੰਦਾ ਮੈਂ ਨਹੀਂ ਦੇਣੀ, ਮੈਂ ਉਹਦੇ ਨਾਲ ਵਾਅਦਾ ਕਰ ਲਿਆ ਹੈਗਾ। ਉੱਥੇ ਗੁਰਦੁਆਰੇ 'ਚ ਚੰਗੇ ਵੀ ਹੈਗੇ ਨੇ, ਇਹ ਨਹੀਂ ਸਾਰੇ ਮਾੜੇ ਨਹੀਂ ਹੁੰਦੇ। ਅਤੇ
ਉਦਾਂ ਦੇ ਆਦਮੀ ਜਿਹੜੇ ਸੀ ਉਹ ਸੀਗੇ ਤਸੱਲੀ ਬਖਸ਼, ਅਤੇ ਉਹਨਾਂ ਨੇ ਆਪਣਾ ਮਾਣ ਕਮਾਇਆ। ਅਤੇ ਜਦੋਂ ਅਸੀਂ ਫਿਰ ਗਰਮੀਆਂ ਦੀ ਛੁੱਟੀਆਂ 'ਚ ਪਿੰਡ ਚਲੇ ਗਏ, ਅਤੇ ਉੱਥੇ ਜਾ ਕੇ ਜਦੋਂ 2000 ਆਦਮੀ ਆਏ ਸਾਹਮਣਾ ਕਰਨ ਰਾਹੀਂ, ਅਤੇ ਉਹ ਜ਼ੈਲਦਾਰ ਜਿਹੜਾ ਸੀ ਮੇਰੇ ਤਾਏ ਦਾ ਦੋਸਤ ਸੀਗਾ, ਅਤੇ ਉਹਨੇ ਕੁਦਰਤੀ ਬਰਾਸੀ ਕੱਢਿਆ ਵੀ ਪੁੱਛਿਆ ਵੀ ਕਿਉਂ ਆਦਮੀ ਇਕੱਠੇ ਕੀਤੇ ਪਿੰਡ 'ਚ, ਅਤੇ ਫਿਰ ਦੂਏ ਪਿੰਡਾਂ ਦੇ ਆ ਜਾਂਦੇ ਸੀ ਲੋਕ ਸਾਡੀ ਮਦਦ ਕਰਨ ਲਈ। ਅਤੇ ਫਾਦਰ ਨਾਲ ਚਲੇ ਗਏ ਦੋ ਜਾਣੇ, ਹੱਥੀ 'ਚ ਕੁਛ ਨਹੀਂ, ਛੋਟੀ ਸੀ ਕਿ ਡੰਡਾ ਜਿਹੜਾ ਫੜਿਆ ਹੁੰਦਾ ਡਾਂਗ, ਅਤੇ ਉਹ ਵੀ ਮੰਜੇ 'ਤੇ ਬੈਠਾ ਡੱਟ ਕੇ ਵੀ ਬਹਿ ਗਿਆ। ਉਹਨੇ ਗੁੱਸਾ ਕੀਤਾ ਵੀ ਇਹਨਾਂ ਭੁੱਲੇ ਪੈਣਾ ਚਾਹੀਦਾ ਉੱਪਰ ਕਿਉਂ ਬੈਠੇ ਨੇ। ਅਤੇ ਜਦੋਂ ਫਾਦਰ ਨੇ ਦੱਸਿਆ ਨਾ ਅਸੀਂ ਜੱਟਾਂ ਨੇ ਮਰਨਾ ਅਤੇ ਤੁਸੀਂ ਅਰਾਈਆਂ ਨੇ ਮਰਨਾ, ਨਾ ਸਿੱਖ ਪੈਦਾ ਹੋਇਆ ਅਤੇ ਨਾ ਮੁਸਲਮਾਨ ਪੈਦਾ, ਰੂਹ ਹੈਗੀ ਹੈ। ਅਤੇ ਉਹਦੇ ਪੈ ਗਈ ਪੱਲੇ, ਇਹ ਚੀਜ਼ ਜਿਹੜੀ ਸੀਗੀ ਸ਼ਹਿਰ ਵਿੱਚ ਨਹੀਂ ਸੀ ਪੱਲੇ ਪੈਂਦੀ, ਖੱਤਰੀ ਨਹੀਂ ਸੀ ਪੈਣ ਦਿੰਦੇ, ਖੱਤਰੀ ਜੱਟਾਂ ਨੂੰ ਪੜਤਾ ਕੇ ਉਹਨਾਂ ਦੇ ਬਰਖਲਾਫ ਕਰਦੇ ਸੀਗੇ। ਉਹਦੇ ਪੈ ਗਈ ਪੱਲੇ, ਤਾਂ ਉਹ ਕਹਿੰਦਾ 2000 ਤੋਂ ਇਹ ਸਾਡੇ ਮਹਿਮਾਨ ਹੈਗੇ, ਖਬਰਦਾਰ ਇਹਨਾਂ ਨੂੰ ਕੋਈ ਨੁਕਸਾਨ ਪਹੁੰਚਾਇਆ। ਅਤੇ ਫਾਦਰ ਨੂੰ ਕਹਿੰਦਾ ਚਲੋ ਲਾਹੌਰ ਚੱਲੀਏ, ਆਪਾਂ ਤਬਾਦਲਾ ਲੁਕਾਈਏ। ਭਾਵ ਇਹ ਹੈਗਾ ਇਹ ਜਿਹੜਾ ਖੁਸ਼ਖਬਰੀ ਹੈਗੀ ਇਹਨੂੰ ਗੋਸਪਲ ਕਹਿੰਦੇ, ਖੁਸ਼ਖਬਰੀ ਜਿਹੜੀ ਪਾਰ ਬ੍ਰਹਮ ਤੋਂ ਮਿਲਦੀ ਹੈਗੀ, ਅੱਲਾਹ ਤੋਂ ਮਿਲਦੀ ਹੈਗੀ, ਇਹ ਅਨਪੜ੍ਹਾਂ ਲਈ ਹੈਗੀ ਜਿਹੜੇ ਆਪ ਸੋਚ ਸਕਦੇ ਨੇ, ਜਿਨ੍ਹਾਂ ਦੇ ਦਿਲ 'ਚ ਰੱਬ ਵੱਸਦਾ ਹੈਗਾ। ਉਹ ਹਮੇਸ਼ਾ ਖੇਤੀ ਕਰਦੇ ਨੇ, ਖੇਤੀ 'ਚ ਕਹਿੰਦੇ ਅੱਜ ਰੱਬਾ ਮੀਂਹ ਵਸਾ ਦੇ, ਅੱਜ ਆਹ ਕਰਦੇ ਹਵਾ ਚਲਾ ਦੇ ਅਤੇ ਆਹ ਕਰਦੇ, ਉਹਨਾਂ ਦੇ ਹਰ ਵੇਲੇ ਰੱਬ ਨੂੰ ਤੇ ਹੁੰਦੇ ਨੇ। ਜਿਹੜੇ ਸ਼ਹਿਰ 'ਚ ਹੈਗੇ ਨੇ ਉਹ ਕਹਿੰਦੇ ਹਾਂ ਅੱਜ ਗਾਹਕ ਫਸਾ ਦੇ ਕੋਈ, ਅੱਜ ਮੈਂ ਚੰਗੀ ਤਰ੍ਹਾਂ ਲੁੱਟ ਲਵਾਂ। ਉਹ ਲੁਟੇਰੇ ਹੈਗੇ ਨੇ, ਉਹਨਾਂ ਦਾ ਜਿਹੜਾ ਮਨ ਹੈਗਾ ਉਹ ਖਰਾਬ ਹੈਗਾ, ਉਹਨੂੰ ਕਹਿੰਦੇ ਸ਼ੈਤਾਨ ਹੈਗੇ ਨੇ, ਉਹਨਾਂ ਦੇ ਦਿਲ ਸ਼ੈਤਾਨ ਵੱਸਦਾ ਹੈਗਾ ਅਤੇ ਪਿੰਡਾਂ ਦੇ ਦਿਲ 'ਚ ਰੱਬ ਵੱਸਦਾ। ਇਹ ਜਿਹੜੀ ਹੈਗੀ ਬਾਣੀ ਹੈਗੀ ਜਿਹੜੀ ਹੈਗੀ, ਇਹ ਪਿੰਡਾਂ ਦੇ ਲੋਕਾਂ ਨੂੰ ਸਮਝ ਛੇਤੀ ਆ ਜਾਏਗੀ ਸ਼ਹਿਰ ਦੇ ਲੋਕਾਂ ਨੂੰ। ਸ਼ਹਿਰ ਦੇ ਲੋਕ ਕਿਤਾਬਾਂ ਪੜ੍ਹਦੇ ਨੇ, ਫਲਾਣੇ ਪ੍ਰੋਫੈਸਰ ਨੇ ਕੀ ਲਿਖਿਆ, ਫਲਾਣੇ ਪ੍ਰੋਫੈਸਰ ਨੇ ਕੀ ਲਿਖਿਆ। ਆਹ ਪ੍ਰੋਫੈਸਰ ਸਾਹਿਬ ਸਿੰਘ ਦਾ ਟੀਕਾ ਇਹਨਾਂ ਨੇ ਬੜਾ ਚੱਕਿਆ ਹੋਇਆ ਹੈਗਾ, ਇਹ ਹਰ ਨੂੰ ਹਰੀ ਕਹੀ ਜਾਂਦਾ ਹੈਗਾ, ਇਹ ਹੈਗਾ ਹਰੀ ਓਮ ਸ਼ਾਂਤੀ, ਜਿਹੜਾ ਹਿੰਦੂਆਂ ਦਾ ਹੈਗਾ ਨਾ ਉਹਦੇ 'ਚ ਰਾਮ ਕਿਰਿਆ ਹੈਗੀ, ਹਰ ਇੱਕ ਕੰਮਕਾਰ 'ਚ ਉਹ ਰਾਮ ਕਿਰਿਆ ਉੱਡ ਜਾਂਦੀ ਹੈਗੀ, ਜੋ ਆਦਮੀ ਸੁਰਤੀ ਨਾਲ ਚੱਲਦਾ। ਕਿ ਹਿੰਦੂ ਜਿਹੜੇ ਹੁੰਦੇ ਨੇ ਉਹ ਜੋ ਬ੍ਰਾਹਮਣ ਕਹਿੰਦਾ ਉਹੀ ਕਰਦੇ ਨੇ। ਇਸ ਲਈ ਕਿਹਾ ਨਾ ਭਗਤ ਨਾਮਦੇਵ ਨੇ, ਹਿੰਦੂ ਅੰਨਾ ਤੁਰਕੂ ਕਾਣਾ, ਗਿਆਨੀ ਦੋਹਾਂ 'ਤੇ ਸਿਆਣਾ, ਇਹਦੀ ਮੈਂ ਵਿਆਖਿਆ ਕੀਤੀ ਹੋਈ ਹੈਗੀ। ਅਤੇ ਇਹ ਜਿਹੜੇ ਆਮ ਲੋਕਾਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ, ਅਤੇ ਇਸ ਕਰਕੇ ਜਿਹੜਾ ਇਹ ਹੈਗਾ ਆ ਨਾਮ ਹੈਗਾ ਜਿਹੜਾ ਉਹ ਪਿੰਡਾਂ ਦੇ ਲੋਕਾਂ ਨੂੰ, ਅਨਪੜ੍ਹ ਪਿੰਡਾਂ ਦੇ ਲੋਕਾਂ ਨੂੰ ਉਹਨਾਂ ਲਈ ਹੈਗਾ। ਜਦੋਂ ਪਹਿਲਾ ਸਤਿਗੁਰੂ ਜੀ ਜੀ ਪੈਦਾ ਹੋਇਆ ਸੀ ਬੈਥਲਹਾਮ, ਉੱਥੇ ਸਰਾਂ ਵਿੱਚ, ਸਰਾਂ ਸੀਗੀ ਜਿਹੜੇ ਚਰਚ ਆਫ ਗੋਡ ਜਿੱਥੇ ਸਾਰੇ ਲੋਕ ਜਾ ਸਕਦੇ ਨੇ, ਅਤੇ ਉੱਥੇ ਜਦੋਂ ਪੈਦਾ ਹੋਇਆ ਤਾਂ ਉਹਦੀ ਜਿਹੜੀ ਖੁਸ਼ਖਬਰੀ ਸੀਗੀ ਉਹ ਜਿਹੜੇ ਏਂਜਲ ਸੀ ਉਹਨਾਂ ਨੇ ਜਾ ਕੇ ਉਹਨਾਂ ਜਿਹੜੇ ਭੇਡਾਂ ਚਾਰਦੇ ਸੀਗੇ ਸ਼ੈਫਰਡ, ਉਹਨਾਂ ਨੇ ਲੋਕ ਆਫਰ ਕਰਦੇ ਸੀਗੇ, ਜਾਂ ਫਾਰਮਰ ਸੀ ਜਿਹਦਾ ਕਾਣਾ ਜੀਜੇ ਨੇ ਉਹਨਾਂ ਨੂੰ ਨਵੀਂ ਸ਼ਰਾਬ ਬਣਾ ਕੇ ਦਿਖਾ ਲਈ ਇੱਦਾਂ ਬਣਦੀ ਹੈਗੀ। ਅਤੇ ਉਹਨਾਂ ਲਈ ਹੈਗੀ ਇਹ, ਸ਼ਹਿਰ ਦੇ ਲੋਕਾਂ ਲਈ ਨਹੀਂ ਹੈਗੀ। ਜਿਹੜੇ ਪੜ੍ਹੇ ਲਿਖੇ ਨੇ ਉਹ ਕਿਤਾਬੀ ਕੀੜੇ ਹੈਗੇ ਨੇ, ਉਹਨਾਂ ਨੂੰ ਕੋਈ ਗੱਲ ਦੱਸੋ ਉਹ ਦੇਖਦੇ ਨੇ ਕਿਹੜੀ ਕਿਤਾਬ ਵਿੱਚ ਲੈ ਕਿਹੜੇ ਪ੍ਰੋਫੈਸਰ ਨੇ ਲਿਖਿਆ ਹੈਗਾ। ਮੈਂ ਇੱਥੇ ਰੈਡਿੰਗ ਰਹਿੰਦਾ, ਆਕਸਫੋਰਡ ਯੂਨੀਵਰਸਿਟੀ ਮੈਂ ਜਾਂਦਾ ਸੀਗਾ, ਹੁਣ ਮੈਂ ਘੱਟ ਜਾਂਦਾ। ਉੱਥੇ ਚਰਚ ਕ੍ਰਾਈਸਟ ਚਰਚ ਹੈਗਾ, ਉੱਥੇ ਮੈਂ ਚਲਾ ਗਿਆ ਉਹਨਾਂ ਦੀ ਸਰਵਿਸ 'ਤੇ। ਅਤੇ ਬਾਅਦ ਵਿੱਚ ਜਦੋਂ ਖਤਮ ਹੋਈ ਤਾਂ ਉੱਥੇ ਜਿਹੜੇ ਡੀਨ ਹੁੰਦਾ ਨਾ ਉਹ ਪ੍ਰੋਫੈਸਰ ਹੁੰਦੇ ਨੇ ਯੂਨੀਵਰਸਿਟੀ ਦੇ, ਅਤੇ ਉਹਨੂੰ ਪੁੱਛਿਆ ਵੀ ਜੀਜੇ ਨੂੰ ਯਸ਼ੂਆ ਕਿਉਂ ਕਹਿੰਦੇ ਨੇ, ਉਹਦਾ ਨਾਂ ਕਿਉਂ ਦਿੱਤਾ ਯਸ਼ੂਆ, ਜਾਂ ਯਸ਼ੂਆ ਦਾ ਕੀ ਮਤਲਬ ਹੈਗਾ। ਉਹਨੂੰ ਕੁਛ ਨਹੀਂ ਸੀ ਪਤਾ। ਮੈਂ ਕਿਹਾ ਲਿਆ ਪੈਂਤੀ
ਕਾਗਜ਼ ਤੇ ਮੈਂ ਤੈਨੂੰ ਸਮਝਾ ਦਿੰਦਾ ਤੇ ਉਹਨੂੰ ਲਿਖ ਕੇ ਸਮਝਾ ਦਿੱਤਾ ਵੀ ਯਸ਼ਵਾ ਦੋ ਅਰਥ ਹੈਗੇ ਨੇ ਜੈ ਹੈਗਾ ਜੈਵੇ ਤੂੰ ਜਾਵੇ ਹੈਗਾ ਜਾਵੇ ਬ੍ਰਹਮਾ ਤੇ ਖੁਦਾ ਇੱਕ ਹੀ ਹੈਗੇ ਨੇ ਉਹਨਾਂ ਨੇ ਆਹ ਚੀਜ਼ ਬਣਾਈ ਹੈਗੀ ਜਿਹੜਾ ਆਪਣੇ ਆਦਮ ਹੈ ਆਦਮ ਉਹਨੇ ਬਣਾਇਆ ਆਦਮ ਤੇ ਜੀ ਦੀ ਸਟੋਰੀ ਮਾਈਥੋਲੋਜੀ ਤੇ ਸ਼ੂਆ ਸ਼ਿਵਾ ਇੱਕੋ ਗੱਲ ਹੈਗੀ ਸ਼ਿਵਾ ਵੀ ਕਹਿੰਦੇ ਨੇ ਮਿਡਲ ਈਸਟ ਵਿੱਚ ਉਹਨੂੰ ਸ਼ਿਵਾ ਕਹਿ ਦਿੰਦੇ ਨੇ ਤੇ ਸ਼ਿਵਾ ਹੁੰਦਾ ਪਹਿਲਾ ਆਦਮ ਮਹਾਂਦੇਵ ਹਰ ਹਰ ਮਹਾਂਦੇਵ ਮੈਂ ਕਿਹਾ ਉਹ ਜਿਹੜਾ ਜੀਜੇ ਸੀਗਾ ਉਹ ਸੈਕਿੰਡ ਐਡਮ ਸੀਗਾ ਤੇ ਮੇਰੀ ਨੂੰ ਯਾਹਵੇ ਨੇ ਜੱਜਿਆ ਸੀਗਾ ਤੇ ਉਹਦੇ ਫਿਰ ਹੋਇਆ ਸੀਗਾ ਮੁੰਡਾ ਜਿਹੜਾ ਉਹਨੂੰ ਉਹਨੂੰ ਯਸ਼ੋਆ ਕਿਹਾ ਸੀ ਫਿਰ ਯਾਨੀ ਕਿ ਪਹਿਲਾ ਸਬੂਤ ਹੈਗਾ ਕਿ ਉਹਦਾ ਕੋਈ ਦੁਨਿਆਵੀ ਆਦਮੀ ਕੋਈ ਪਿਓ ਨਹੀਂ ਸੀਗਾ ਉਹ ਸੈਕਿੰਡ ਐਡਮ ਸੀਗਾ ਤੇ ਉਹਦੇ ਲਈ ਇਸ ਧਰਤੀ ਦੇ ਇੱਕ ਇੰਚ ਵੀ ਜਗ੍ਹਾ ਉਹਦੇ ਲਈ ਨਹੀਂ ਸੀਗੀ ਕਿਉਂ ਇਹ ਧਰਤੀ ਪਹਿਲੇ ਆਦਮ ਦੀ ਸੀਗੀ ਕਦੇ ਉਹ ਕਹਿੰਦਾ ਵੀ ਜਿਹੜੇ ਹੈਗੇ ਨੇ ਹੈਗੀਆਂ ਮੂਬੜੀਆਂ ਉਹਨਾਂ ਦਾ ਤਾਂ ਰੱਖਦੇ ਨੇ ਆਪਣਾ ਸਿਰ ਉਹਨਾਂ ਲਈ ਭਰੇ ਹੋਏ ਨੇ ਤੇ ਮੈਂ ਹੈਗਾ ਸਨ ਆਫ ਮੈਨ ਸੈਕਿੰਡ ਐਟਮ ਤੇ ਮੇਰੇ ਲਈ ਇੱਕ ਇੰਚ ਵੀ ਨਹੀਂ ਜਗ੍ਹਾ ਇੱਥੇ ਤੇ ਉਹ ਇਸੇ ਕਰਕੇ ਆਪਣੀ ਉਹ ਲਾਸ਼ ਲੈ ਗਿਆ ਸੀ ਨਾਲ ਹੀ ਗੁੰਮ ਕਰਕੇ ਜਿਹੜੀ ਕਿ ਫਲੋਟਿੰਗ ਆਇਆ ਸੀਗਾ ਤਰਦਾ ਤੇ ਆਪਣੇ ਲੈ ਗਿਆ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਦਿਲ ਵਿੱਚ ਇੱਥੇ ਹੈਗੀਆਂ ਕਿਤਾਬਾਂ ਜਿਹੜੀ ਲਿਖੀਆਂ ਹੋਈਆਂ ਇਸ ਤਰ੍ਹਾਂ ਕਹੇ ਜਦੋਂ ਕੋਈ ਚੀਜ਼ ਬੋਲਦਾ ਕੋਈ ਉਹਨੂੰ ਵਿਚਾਰੋ ਦਿਲ ਤੇ ਕਿਤਾਬਾਂ ਨਾ ਖੋਲੋ ਕਿਤਾਬਾਂ ਖੋਲੋਗੇ ਅੰਨੇ ਜਿਹੜੇ ਮੰਨਦੇ ਹੈਗੇ ਉਹ ਦੂਜਿਆਂ ਦੀ ਸੁਣਦੇ ਨੇ ਇੱਥੇ ਇਹ ਹਰਿਮੰਦਰ ਹੈਗਾ ਹਰਿਮੰਦਰ ਦਾ ਪੁਜਾਰੀ ਹੈਗਾ ਸਤਿਗੁਰੂ ਅੰਤਰ ਸਤਿਗੁਰੂ ਰਾਧੀਏ ਜੀਵਾ ਜਪੇ ਨਾਮ ਸਤਿਗੁਰੂ ਤੋਂ ਵੱਡਾ ਕਿਹੜਾ ਹੈਗਾ ਕੋਈ ਇਹ ਜਿਹੜੇ ਪ੍ਰੋਫੈਸਰ ਵਗੈਰਾ ਯੂਨੀਵਰਸਿਟੀ ਦੇ ਹੈਗੇ ਨੇ ਇਹਦਾ ਕਿਤਾਬੀ ਕਿਹੜੇ ਹੈਗੇ ਨੇ ਇਹਨਾਂ ਨੂੰ ਕਹਿੰਦੇ ਅਸਲ ਗਦੇ ਤੇ ਇਹ ਜਿਹੜਾ ਹੈਗਾ ਆਪਣੇ ਸਤਿਗੁਰੂ ਇਹਨੇ ਤੁਹਾਨੂੰ ਸੱਤ ਦੱਸਣਾ ਹੈਗਾ ਕਿਤਾਬਾਂ 'ਚ ਨਹੀਂ ਮਿਲਣਾ ਇਹ ਅਤੇ ਗਿਆਨੀ ਉਹ ਜੋ ਆਪ ਵਿਚਾਰੇ ਆਪ ਵਿਚਾਰੋਗੇ ਲੌਜੀਕਲੀ ਗੁਰ ਨੂੰ ਕਹਿੰਦੇ ਲੌਜਿਕ ਗੁਰ ਦਾ ਮਤਲਬ ਗੁਰੂ ਨਹੀਂ ਹੈਗਾ ਸੱਤ ਗੁਰ ਪ੍ਰਸਾਦ ਸੱਤ ਦਾ ਜਿਹੜਾ ਗੁਰ ਹੈਗਾ ਉਹ ਹੈਗਾ ਲੌਜੀਕਲ ਰੀਜ਼ਨਿੰਗ ਉਹਦਾ ਜਿਹੜੇ ਐਂਡ ਪ੍ਰੋਡਕਟ ਹੈਗੀ ਉਹ ਲੋਗੋ ਨੂੰ ਕਹਿੰਦੇ ਲੋਗੋ ਪ੍ਰਸਾਦ ਉਹ ਹੈਗਾ ਉਹਦਾ ਹਿਜ ਵਰਡ ਕਲਾਮ ਉਹਦਾ ਅੱਲਾ ਦਾ ਇਸ ਕਰਕੇ ਉੱਥੋਂ ਤੁਹਾਨੂੰ ਮਿਲੇਗਾ ਸਾਰੀਆਂ ਚੀਜ਼ਾਂ ਅਤੇ ਸਾਰੀਆਂ ਸਮਝ ਇੱਥੋਂ ਅੰਦਰੋਂ ਆਉਂਦੀ ਜੀ ਕਿਤਾਬਾਂ ਤੁਸੀਂ ਪੜ੍ਹ ਲਓ ਚਾਰ ਯੁੱਗ ਪੜ੍ਹ ਲਓ ਤਦ ਵੀ ਤੁਹਾਡੇ ਇੱਕ ਪੱਲੇ ਪੈਣੀ ਉਹ ਅਤੇ ਇਹ ਚੀਜ਼ ਜਿਹੜੀ ਕਲਯੁੱਗ ਉੱਤਮ ਹੈਗਾ ਸਾਰਿਆਂ ਨਾਲੋਂ ਬਾਕੀ ਦੇ ਯੁੱਗਾਂ ਨਾਲੋਂ ਕਿਉਂਕਿ ਤਾਂ ਤੁਸੀਂ ਘਰ ਬੈਠੇ ਹੀ ਤੁਸੀਂ ਮੁਕਤੀ ਕਮਾ ਜਾਂਦੇ ਹੈ ਅਤੇ ਮੈਂ ਇੱਕ ਬਣਾਵਾਂਗਾ ਵੀਡੀਓ ਭਗਤ ਅਤੇ ਸੰਤਾਂ 'ਚ ਕੀ ਫਰਕ ਹੈਗਾ ਜਿਹੜੇ ਘਰ ਬੈਠੇ ਨਾ ਉਹ ਹੁੰਦੇ ਭਗਤ ਭਗਤਾਂ ਦੀ ਹੁੰਦੀ ਜਾਤ ਜਿਹਦਾ ਮੈਂ ਜੱਟ ਹੈਗਾ ਜਿਹਦਾ ਭਗਤ ਕਬੀਰ ਜੀ ਜੁੜਾਹੇ ਸੀਗੇ ਅਤੇ ਰਮਦਾਸ ਜੀ ਚਬਾਰ ਉਹ ਕੰਮ ਗ੍ਰਿਸ਼ਤੀ ਸੀਗੇ ਜਿਹੜੇ ਸੰਤ ਹੁੰਦੇ ਨੇ ਉਹ ਗ੍ਰਿਸ਼ਤੀ ਨਹੀਂ ਹੁੰਦੇ ਉਹ ਜਿਹੜੇ ਖਾਲਸੇ ਸਜਾਏ ਸੀ ਨਾ ਪੰਜ ਇਨੀਸ਼ੀਏਸ ਕੀਤੀ ਸੀ ਇਹਨਾਂ ਦੇ ਸਿਰ ਸਟੇਜ 'ਤੇ ਲਾਏ ਸੀ ਪੰਜਾਂ ਦੇ ਇੱਕ ਦਾ ਸਿਰ ਅਤੇ ਦੂਜੇ ਦਾ ਧੜ ਕੀਤਾ ਸੀਗਾ ਅਤੇ ਉਹਨਾਂ ਨੇ ਫਿਰ ਅੰਮ੍ਰਿਤਾਂ ਜੂਤ ਕੀਤਾ ਸੀ ਜਿਹਨਾਂ ਨੇ ਖਾਲਸੇ ਦਾ ਕੰਮ ਕਰਨਾ ਸੀ ਉਹ ਜੰਗਲਾਂ 'ਚ ਰਹਿੰਦੇ ਸੀਗੇ ਅਤੇ ਉਹਨਾਂ ਵਿੱਚੋਂ ਜਿਹੜੇ ਕਹਿੰਦੇ ਸੀ ਇੱਥੇ ਹੁਣ ਜੀ ਬਾਣੀ ਸਾਨੂੰ ਇਸੇ ਸਿੱਖਣੀ ਹੈਗੀ ਉਹਨਾਂ ਨੂੰ ਕਹਿਆ ਸੀ ਕਾਂਸ਼ੀ ਜਾਓ ਉੱਥੇ ਸਿੱਖ ਕੇ ਆਓ ਬਾਹਮਣਾ ਤੋਂ ਪਹਿਲਾਂ ਵੇਦ ਪੜ੍ਹੋ ਅਤੇ ਫਿਰ ਤੁਹਾਨੂੰ ਪਤਾ ਲੱਗਿਆ ਵੀ ਉਹਦੇ 'ਚ ਗਲਤੀਆਂ ਕੀ ਹੈਗੀਆਂ ਜਾਂ ਕੀ ਉਹਦੇ 'ਚ ਵੇਦੋਂ ਮੇ ਨਾਮ ਉੱਤਮ ਅਤੇ ਉਹਨਾਂ ਨੂੰ ਵੇਦਾਂ ਨਹੀਂ ਕੱਢਿਆ ਸੀਗਾ ਵੀ ਵੇਦਾਂ ਦੇ ਮਾਰ ਹੋ ਤਾਂ ਕਿ ਤੁਹਾਨੂੰ ਕੋਈ ਸਵਾਲ ਪੁੱਛੇ ਤੁਸੀਂ ਉਹਦਾ ਜਵਾਬ ਦੇ ਸਕੋ ਅਤੇ ਉਹ ਸੀਗੇ ਫਿਰ ਜਦੋਂ ਪੜ੍ਹ ਕੇ ਆਏ ਸੀ ਉੱਥੋਂ ਭਗਵੇਂ ਕੱਪੜੇ ਪਾ ਕੇ ਗਏ ਸੀਗੇ ਅਤੇ ਉਹਦੇ 'ਚ ਜਾਤ ਨਹੀਂ ਹੁੰਦੀ ਸਾਧੂਆਂ ਦੀ ਅਤੇ ਉਹ ਫਿਰ ਪੜ੍ਹ ਕੇ ਆਏ ਸੀ ਅਤੇ ਉਹਨਾਂ ਨੂੰ ਫਿਰ ਚਿੱਟੇ ਕੱਪੜੇ ਪਾ ਕੇ ਉਹਨਾਂ ਦਾ ਨਾਂ ਰੱਖੇ ਨਿਰਮਲੇ ਸੰਤ
ਉਹਨਾਂ ਨੂੰ ਕੱਲਿਆ ਸੀ ਅਕਾਲ ਤਖ਼ਤ 'ਤੇ ਜਾ ਕੇ ਬੈਠੋ ਆਪਣੀ ਤਖ਼ਤ 'ਤੇ। ਉਹ ਆਏ ਸੀ ਇੱਥੇ ਅੰਮ੍ਰਿਤਸਰ, ਜਿੱਦਾਂ ਸਤਿਗੁਰੂ ਤੇਗ ਬਹਾਦਰ ਜੀ ਨੂੰ ਨਾ ਉਹਨਾਂ ਨੇ ਚੱਕ ਕੇ ਬਾਹਰ ਮਾਰਿਆ ਵੀ ਕੁੰਡਾ ਮਾਰ ਲਿਆ ਤੂੰ ਨਹੀਂ ਅੰਦਰ ਆ ਸਕਦਾ, ਇਹਨਾਂ ਨੂੰ ਵੀ ਚੱਕ ਕੇ ਬਾਹਰ ਮਾਰਿਆ ਅਤੇ ਇਹਨਾਂ ਨੇ ਬਾਹਰ ਡੇਰਾ ਲਾ ਲਿਆ ਸੀਗਾ। ਅਤੇ ਇਹ ਹੈਗੀ ਹੈ ਜੀ ਸਾਰਾ ਨਿਚੋੜ, ਅਤੇ ਬਾਕੀ ਹੈਗਾ ਤੁਸੀਂ ਆਪ ਸੋਚੋਗੇ, ਨਾਮ ਪਾਓਗੇ, ਕਿਤਾਬਾਂ ਪੜ੍ਹੋਗੇ ਤਾਂ ਮਨ ਦੇ ਅੰਨੇ ਹੋਵੋਗੇ। ਮਨ ਦੇ ਅੰਨੇ ਜਿਹੜੇ ਕਿਤਾਬਾਂ ਪੜ੍ਹਦੇ ਨੇ, ਮਨ ਦੇ ਸੁਜਾਖੇ ਉਹ ਪੜ੍ਹਦੇ ਨੇ ਇੱਥੇ ਜਿਹੜੀ ਅਲ ਕਿਤਾਬ ਹੈਗੀ ਜਿਹੜੀ ਕਿ ਦਿਲ ਨੂੰ ਤੇ ਲਿਖੀ ਹੈਗੀ। ਇਹ ਕਾਬਾ ਇੱਥੇ ਹੈਗਾ, ਕਾਬਾ ਉੱਥੇ ਨਹੀਂ ਜਿਹੜਾ ਕਾਬਾ, ਇਹ ਦਿਲ ਦਾ ਕਾਬਾ ਹੈਗਾ ਅਲ ਅਲ ਹੱਜ, ਉਹ ਹੈਗਾ ਹੱਜ 12 ਤੋਂ 16 ਸਾਲ ਦੇ ਮੁੰਡਿਆਂ ਲਈ ਹੁੰਦਾ ਸੀ। ਉਹ ਕਾਬੇ ਨੂੰ ਸੱਜੇ ਹੱਥ ਰੱਖ ਕੇ ਤਾਂ 7 ਵਾਰੀ ਜਾਂਦੇ ਸੀਗੇ। ਅਲ ਹੱਜ ਵਿੱਚ ਹੈਗਾ ਤੁਸੀਂ ਆਪਣੇ ਪਿਓ ਦੀ ਨਹੀਂ ਕਰਨੀ ਵੀ ਆਹ ਮੇਰਾ ਕਬੀਲੇ ਦਾ ਹੈਗਾ ਅੱਜ ਵੀ, ਉਹ ਤੁਸੀਂ ਸੱਚ ਬੋਲਣਾ ਰਾਈਟੀਅਸਨੈਸ, ਉਹਦੇ 'ਚ ਤੁਸੀਂ ਕਿਸੇ ਦੀ ਕਰ ਨਹੀਂ ਸਕਦੇ ਵੀ ਆਹ ਉਹਦੇ ਕਰਦੇ ਹਮਾਇਤ ਕਰਦੇ ਕੁਛ ਨਹੀਂ, ਹਮਾਇਤ ਕੀਤੀ ਨਹੀਂ ਅਤੇ ਸ਼ੈਤਾਨ ਦੇ ਪੁੱਤਰ ਬਣੇ ਨੇ। ਅਤੇ ਇਸ ਕਰਕੇ ਅਲ ਹੱਜ ਹੈਗਾ ਇੱਥੇ, ਯਾਨੀ ਕਿ ਦਿਲ ਨੂੰ ਸੱਜੇ ਹੱਥ ਰੱਖ ਕੇ ਤੁਸੀਂ ਰੱਖਣਾ ਹੈਗਾ ਕੰਮ ਕਰਨੇ ਨੇ। ਖੱਬੇ ਹੱਥ ਨੇ ਆਪਣਾ ਜੋ ਦਿਲ ਕਹਿੰਦਾ ਹੈਗਾ ਉਹ ਕਰਨਾ ਹੈਗਾ, ਤੁਸਾਂ ਨੇ ਖੁਦ ਆਪਣਾ ਹਿਸਾਬ ਕਿਤਾਬ ਪਾ ਬ੍ਰਹਮ ਨੂੰ ਦੇਣਾ ਹੈਗਾ, ਕਿਸੇ ਹੋਰ ਨੇ ਨਹੀਂ ਦੇਣਾ ਹੈਗਾ। ਅਤੇ ਇਹ ਹੈਗਾ ਮੇਰੀ ਬੇਨਤੀ, ਅਤੇ ਅੱਗੇ ਤੁਹਾਡੀ ਮਰਜ਼ੀ, ਜੱਟ ਦਾ ਗੱਡਾ ਨਹੀਂ ਅੜਿਆ ਹੋਇਆ ਕਿ ਮੈਂ ਤੁਹਾਨੂੰ ਕਹਾਂ ਵੀ ਮੇਰੇ ਅੰਨਾ ਮਗਰ ਲੱਗਦਾ ਦੂਜੇ ਦੇ, ਖੁਦ ਮੈਂ ਨਿਆਰਾ ਹੈਗਾ ਅਤੇ ਦੂਜਿਆਂ ਨੂੰ ਨਿਆਰਾ ਬਣਾਉਂਦਾ, ਅਤੇ ਉਹ ਪਰਮਾਤਮਾ ਦੀ ਕਿਰਪਾ ਨਾਲ ਬਣਦਾ ਹੈਗਾ, ਮੇਰੀ ਕਿਰਪਾ ਨਾਲ ਨਹੀਂ ਬਣਦਾ। ਤੁਰ ਤੁਰ ਮਸਤੇ ਕਿਤੇ ਲਿਖਿਆ ਹੋਏਗਾ ਉਹ ਨਿਆਰਾ ਹੋਏਗਾ ਅਤੇ ਇਹ ਚੀਜ਼ਾਂ ਪਾਏਗਾ। ਬਾਕੀ ਕ੍ਰਿਸਚੈਨਿਟੀ ਦੀ ਜਿਹੜਾ ਨਿਊ ਟੈਸਟਮੈਂਟ ਹੈਗਾ ਉਹ ਪੜ੍ਹੋ, ਜੇ ਤੁਹਾਡੇ ਉਹ ਸਮਝ ਆ ਜਾਏ ਤਾਂ ਫਿਰ ਆਦਿ ਗ੍ਰੰਥ ਸਮਝ ਆ ਜਾਏਗਾ। ਪਹਿਲਾ ਸਤਿਗੁਰੂ ਜੀ ਨੇ ਅਤੇ ਉਹਦਾ ਦੂਆ ਕੰਮ ਆਉਂਦਾ ਹੈਗਾ ਸਤਿਗੁਰੂ ਨਾਨਕ। ਅਤੇ ਹਰਿਮੰਦਰ ਪਹਿਲਾਂ ਜਰੂਸਲਮ ਹੁੰਦਾ ਸੀ, ਇਹ ਆਲੇ ਦੁਆਲੇ ਪੜ੍ਹਦਾ ਸੀ, ਜਿਹੜਾ ਕਿ ਜੀਜੇ ਨੇ ਪਾੜਿਆ ਸ਼ਬਦ ਮਿਲਾਵਾ ਹੋਵੇ ਵੀ ਸਿੱਧੇ ਹੁਣ ਤੁਸੀਂ ਅਪਰੋਚ ਕਰੋ ਗੋਡ ਨੂੰ, ਕੋਈ ਤੁਹਾਨੂੰ ਜਿਹੜਾ ਵਿੱਚ ਖੜਾ ਹੁੰਦਾ, ਜਿੱਦਾਂ ਸੰਤ ਵਗੈਰਾ ਬਣੇ ਹੋਏ ਨੇ ਪਖੰਡੀ ਜਿਹੜੇ ਆਪਣੇ ਆਪ ਨੂੰ ਸਿੰਘ ਕਲਾਉਂਦੇ ਨੇ ਅਤੇ ਸੰਤ ਹੈਗੇ ਨੇ, ਉਹ ਸਿੰਘ ਨਹੀਂ ਉਹ ਸੰਤ ਨਹੀਂ ਹੈਗੇ, ਉਹ ਕਸੰਤ ਹੈਗੇ ਨੇ, ਸੰਤ ਦਾਸ ਹੁੰਦੇ ਨੇ, ਉਹਨਾਂ ਦਾ ਸਰਨੇਮ ਦਾਸ ਹੁੰਦਾ ਹੈਗਾ। ਸਿੰਘ ਖਾਲਸੇ ਹੁੰਦੇ ਨੇ, ਉਹ ਘਰਾਂ 'ਚ ਨਹੀਂ ਬਹਿੰਦੇ, ਉਹ ਜੰਗਲਾਂ 'ਚ ਰਹਿੰਦੇ ਨੇ। ਇਹ ਜਿਹੜੇ ਸਿੰਘ ਹੈਗੇ ਅਤੇ ਘਰਾਂ 'ਚ ਰਹਿੰਦੇ ਨੇ, ਇਹ ਮਲੇਸ਼ ਖਾਲਸਾ ਨੇ, ਬੰਦਾ ਬਹਾਦਰ ਦੇ ਮਨਮੁੱਖ ਖਾਲਸਾ ਸੀ ਉਹ ਲਾਲਾ ਮਾਧੋ ਦਾਸ ਸੋਢੀ ਖੱਤਰੀ, ਜਿਹੜੇ ਉਹਦੇ ਹੈਗੇ ਨੇ ਖਾਲਸੇ, ਉਹ ਘਰਾਂ 'ਚ ਰਹਿੰਦੇ, ਉਹਨਾਂ ਨੂੰ ਕਹਿੰਦੇ ਨੇ ਗਧੇ ਖਾਲਸੇ। ਨਾਨਕ ਦੇ ਨਾਲ ਅਸਲ ਖਾ ਜਿਬਨ ਗੁਣ ਗ੍ਰਭ ਕਰੰਤ। ਓਕੇ ਜੀ।